ਹੈਲੋ ਵੈਲਕਮ ਟੂ ਆਲ ਆਫ ਯੂ ਇਨ ਦਾ ਆਨਲਾਈਨ ਕਲਾਸ ਆਫ ਸਤਗੁਰੂ ਕਲਾਸਿਸ ਇਸ ਕਲਾਸ ਦੇ ਵਿੱਚ ਜਿਹੜਾ ਆਪਣਾ 2022 ਦੇ ਵਿੱਚ ਪੀਐਸਟੈਟ ਦਾ ਜਿਹੜਾ ਐਗਜ਼ਾਮ ਹੋਣ ਜਾ ਰਿਹਾ ਹੈ ਪੀਐਸਟੈਟ ਦਾ ਐਗਜ਼ਾਮ ਜਾਂ ਤੁਸੀਂ ਦੂਸਰਾ ਐਗਜ਼ਾਮ ਅਗਰ ਆਪਾਂ ਸੈਂਟਰ ਲੈਵਲ ਦਾ ਡਿਸਕਸ ਕਰੀਏ ਤਾਂ ਸੀਟੈਟ ਦਾ ਐਗਜ਼ਾਮ ਜਿਹੜਾ ਹੋਣ ਜਾ ਰਿਹਾ ਹੈ ਇਸ ਪੇਪਰ ਦੇ ਵਿੱਚ ਜਿਹੜਾ ਪੇਪਰ 1 ਹੈ ਆਪਾਂ ਇਸ ਲੈਕਚਰ ਦੇ ਵਿੱਚ ਪੇਪਰ 1 ਬਾਰੇ ਗੱਲ ਕਰਨ ਜਾ ਰਹੇ ਹਾਂ ਤਾਂ ਜਿਹੜੇ ਵੀ ਕੈਂਡੀਡੇਟਸ ਪੇਪਰ 1 ਦੇਣ ਜਾ ਰਹੇ ਹੈ ਮਤਲਬ ਜਿੰਨਾਂ ਦਾ ਪੇਪਰ 1 ETT ਵਾਲਾ ਜਿਹੜਾ ਪੇਪਰ ਹੈ ਉਹ ਇਸ ਲੈਕਚਰ ਨੂੰ ਧਿਆਨ ਨਾਲ ਸੁਣਨ ਇਸ ਲੈਕਚਰ ਦੇ ਵਿੱਚ ਆਪਾਂ ETT ਦਾ ਜਿਹੜਾ ਪੇਪਰ 1 ਹੈ PS TET 1 ਹੈ ਜਿੰਦੇ ਵਿੱਚ EVS এনवायरमेंट ਦਾ ਜਿਹੜਾ 30 ਮਾਰਕਸ ਵਾਲਾ ਜਿਹੜਾ ਪੁਜੀਸ਼ਨ ਕਵਰ ਹੋਣਾ ਤਾਂ ਇਹ 30 ਮਾਰਕਸ ਕਿਵੇਂ ਕਵਰ ਕੀਤੇ ਜਾਣ ਕਿਹੜੇ ਕਿਹੜੇ ਟੌਪਿਕਸ ਤੁਸੀਂ ਪੇਪਰ ਦੇ ਵਿੱਚ ਪ੍ਰਿਪੇਅਰ ਕਰਕੇ ਜਾਣੇ ਆ ਇਕੇ ਤਾਂ ਕਿੱਥੋਂ ਕਿੱਥੋਂ ਪ੍ਰਪੇਅਰ ਕਰਨੇ ਆਂ ਔਰ ਕਿਵੇਂ ਕਿਵੇਂ ਪ੍ਰਪੇਅਰ ਕਰਨੇ ਆਂ ਕਿਸ ਹੱਦ ਤੱਕ ਪ੍ਰਪੇਅਰ ਕਰਨੇ ਆ ਇਹਨਾਂ ਸਾਰੀਆਂ ਚੀਜ਼ਾਂ ਦੀ ਆਪਾਂ ਡਿਸਕਸ਼ਨ ਕਰਾਂਗੇ ਤਾਂ ਸਭ ਤੋਂ ਪਹਿਲਾਂ ਅਗਰ ਆਪਾਂ EVS ਸਬਜੈਕਟ ਨੂੰ ਸਮਝੀਏ ਤਾਂ ਆਪਣੇ ਪੇਪਰ ਦੇ ਵਿੱਚ EVS ਦੇ 30 ਕੁਐਸਚਨਸ ਆਣਗੇ ਉਹ 30 ਮਾਰਕਸ ਹੁੰਦੇ ਆ ਤਾਂ ਇਹ 30 ਮਾਰਕਸ ਕਿੱਥੋਂ ਕਿੱਥੋਂ ਕਵਰੇਜ ਕਿਤੇ ਜਾਂਦੇ ਆ ਪੇਪਰ ਦੇ ਵਿੱਚ ਕਿੱਥੇ ਕਿੱਥੋਂ ਕਵਰੇਜ ਮਿਲੇਗੀ ਅਗਰ ਆਪਾਂ EVS ਨੂੰ ਧਿਆਨ ਨਾਲ ਸਮਝੀਏ ਤਾਂ EVS ਦਾ ਮਤਲਬ ਕੀ ਹੈ EVS ਦਾ ਮਤਲਬ ਉਹ ਵਲੀਆਂ ਸਾਰੀਆਂ ਚੀਜ਼ਾਂ ਜੋ ਆਪਣੇ ਆਸ-ਪਾਸ ਹੈਗੀਆਂ ਮਤਲਬ 올 ਅਰਾਊਂਡ आवर एनवायरनमेंट ਤਾਂ ਜਿਹੜਾ ਵੀ ਆਪਣੇ ਆਸ-ਪਾਸ এনवायरमेंट ਹੈਗਾ ਉਹ ਆਪਣੇ ایਵੀਐਸ ਦੇ ਵਿੱਚ ਆਊਗਾ ਹੁਣ ਆਪਾਂ ਸਟਾਰਟ ਕਿੱਥੋਂ ਕਰਨਾ ਹੈ ਤਾਂ ਸਭ ਤੋਂ ਪਹਿਲਾ ਕੁਸ਼ਣ ਇਹੀ ਹੁੰਦਾ ਸਟੂਡੈਂਟ ਦੇ ਮਾਈਂਡ ਦੇ ਵਿੱਚ ਵੀ ਆਪਾਂ ਸਟਾਰਟ ਕਿੱਥੋਂ ਕੀ ਕਰੀਏ ایਵੀਐਸ ਔਰ ਐਂਡ ਕਿੱਥੇ ਕਰੀਏ ਤਾਂ ਕਿ ਆਪਾਂ ਨੂੰ ਮਤਲਬ ਕਲੀਅਰ ਕੱਟ ਪਤਾ ਲੱਗ ਜਾਵੇ ਵੀ ਮੇਰੀ ਤਿਆਰੀ ਹੋ ਚੁੱਕੀ ਹੈ ਹਾਂਜੀ ایਵੀਐਸ ਦਾ ਜਿਹੜਾ ਪੋਜੀਸ਼ਨ ਜਿਹੜਾ ਤੁਸੀਂ ਸਟਾਰਟ ਕਰਨਾ ਹੈ ਉਹ ਸਭ ਤੋਂ ਪਹਿਲਾਂ ਅਰਥ ਤੋਂ ਸਟਾਰਟ ਕਰਨਾ ਹੈ ਕਿਉਂਕਿ এনवायरमेंट ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਆ ਉਹ ਅਰਥ ਵਾਲੀ ਹੀ ਆਊਗੀ ਤਾਂ ਅਰਥ ਦੇ ਵਿੱਚ ਆਪਾਂ ਕੀ ਕੁਝ ਪੜਨਾ ਹੈ ਅਰਥ ਦੇ ਤਿੰਨ ਐਸਪੈਕਟ ਪੜਨੇ ਆ ਧਿਆਨ ਨਾਲ ਸਟੂਡੈਂਟਸ ਇਹ ਚਾਹੇ ਤੁਸੀਂ ਆਪ ਦੇ ਨਾਲ ਨਾਲ ਨੋਟਸ ਵੀ ਬਣਾ ਸਕਦੇ ਹੋ ਅਰਥ ਦੇ ਤਿੰਨੋਂ ਐਸਪੈਕਟ ਪੜਨੇ ਆ ਤਿੰਨ ਐਸਪੈਕਟ ਕਿਹੜੇ-ਕਿਹੜੇ ਪਹਿਲਾ ਹੈ ਐਟਮੋਸਫੀਅਰ ਆਪਣੀ ਧਰਤੀ ਦੇ ਆਸ-ਪਾਸ ਜੋ ਹਵਾ ਦਾ ਲਿਫਾਫਾ ਚੜਿਆ ਹੋਇਆ ਹੈ ਇਹ ਆਪਾਂ ਲੋਅਰ ਕਲਾਸਿਸ ਦੇ ਵਿੱਚ ਵੀ ਪੜਿਆ ਹੋਇਆ ਐਟਮੋਸਫੀਅਰ ਬਾਰੇ ਐਟਮੋਸਫੀਅਰ ਨੂੰ ਆਪਾਂ ਪੰਜਾਬੀ ਚ ਕੀ ਬੋਲਦੇ ਆਂ ਵਾਯੂਮੰਡਲ ਤਾਂ ਵਾਯੂਮੰਡਲ ਬਾਰੇ ਤੁਸੀਂ ਆਪਦੇ ਲੋਅਰ ਕਲਾਸਿਸ ਦੇ ਵਿੱਚ ਵੀ ਪੜਿਆ ਹੋਊਗਾ ਜਾਂ ਤੁਸੀਂ ਛੋਟੇ ਬੱਚਿਆਂ ਨੂੰ ਅਗਰ ਜਿੱਥੇ ਪੜਾ ਕੇ ਦੇਖਿਆ ਹੋਊਗਾ ਟੀਪੀ ਵਗੈਰਾ ਦੇ ਵਿੱਚ ਤਾਂ ਉੱਥੇ ਵੀ ਤੁਸੀਂ ਐਟਮੋਸਫੀਅਰ ਦਾ ਜ਼ਰੂਰ ਇਹ ਟੌਪਿਕ ਦੇਖਿਆ ਹੋਊਗਾ ਦੂਸਰਾ ਆਪਾਂ ਕਵਰ ਕਰਨਾ ਅਗਰ ਅਰਥ ਦੀ ਹੀ ਗੱਲ ਕਰੀਏ ਤਾਂ ਦੂਸਰਾ ਆਪਣੇ ਕੋਲ ਹਾਈਡਰੋਸਫੀਅਰ ਬਾਰੇ ਆਪਾਂ ਕਵਰ ਕਰਨਾ ਹੁੰਦਾ ਹੈ ਹਾਈਡਰੋਸਫੀਅਰ ਹਾਈਡਰੋਸਫੀਅਰ ਦਾ ਮਤਲਬ ਕੀ ਹੈ ਹਾਈਡਰੋ ਦਾ ਮਤਲਬ ਹੁੰਦਾ ਪਾਣੀ ਇਹਦਾ ਮਤਲਬ ਆਪਣੀ ਧਰਤੀ ਦੇ ਉੱਪਰ ਜਿਹੜਾ ਜਲ ਮੰਡਲ ਹੈਗਾ ਤਾਂ ਦੂਸਰਾ ਅਸਪੈਕਟ ਆਪਾਂ ਕਿਹੜਾ ਕਵਰ ਕਰਨਾ ਹੈ ਜਲ ਮੰਡਲ ਠੀਕ ਹੈ ਤਾਂ ਜਲ ਮੰਡਲ ਦੇ ਵਿੱਚ ਵੀ ਆਪਾਂ ਅੱਗੋਂ ਦੇਖਦੇ ਹਾਂ ਇਹਨਾਂ ਦੇ ਵਿੱਚ ਵੀ ਅੱਗੋਂ ਆਪਾਂ ਦੇਖਦੇ ਹਾਂ ਐਟਮੋਸਫੀਅਰ ਤੇ ਵਿੱਚ ਤੁਸੀਂ ਕੀ ਪੜ੍ਹਨਾ ਹੈ ਹਾਈਡਰੋਸਫੀਅਰ ਦੇ ਵਿੱਚ ਕੀ ਪੜ੍ਹਨਾ ਹੈ ਉਹ ਤੀਜਾ ਅਸਪੈਕਟ ਜਿਹੜਾ ਆਪਣੀ ਧਰਤੀ ਦਾ ਜਿਹੜਾ ਲੈਂਡ ਪੋਜੀਸ਼ਨ ਹੈ ਜਿਹਨੂੰ ਆਪਾਂ ਕੀ ਬੋਲਦੇ ਆ ਲੀਥੋਸਫੀਅਰ ਬੋਲਦੇ ਆ ਲੀਥੋਸਫੀਅਰ ਉਹਨੂੰ ਅਗਰ ਆਪਾਂ ਪੰਜਾਬੀ ਚ ਗੱਲ ਕਰੀਏ ਤਾਂ ਇਹਨਾਂ ਇਸ ਪਾਰਟ ਨੂੰ ਕੀ ਬੋਲਿਆ ਜਾਂਦਾ ਥਲ ਮੰਡਲ ਬੋਲਿਆ ਜਾਂਦਾ ਤਾਂ ਇਹ ਪਹਿਲਾ ਸਭ ਤੋਂ ਪਹਿਲਾ ਟੌਪਿਕ ਜਿਹੜਾ ਤੁਸੀਂ ਤਿਆਰ ਕਰਨਾ ਉਹ ਧਰਤੀ ਬਾਰੇ ਕੰਪਲੀਟ ਸਟੱਡੀ ਕਰਨੀ ਹੈ ਹੁਣ ਇਹਨਾਂ ਦੇ ਵਿੱਚ ਹੀ ਆਪਾਂ 1 ਬਾਈ 1 ਗੱਲ ਕਰੀਏ ਜਿਵੇਂ ਐਟਮੋਸਫੀਅਰ ਦੇ ਵਿੱਚ ਕੀ ਕੁਝ ਪੜ੍ਹਦੇ ਨੇ ਤਾਂ ਐਟਮੋਸਫੀਅਰ ਜਿੱਥੋਂ ਆਪਣਾ ਐਟਮੋਸਫੀਅਰ ਸਟਾਰਟ ਹੋ ਜਾਂਦਾ ਹੈ ਧਰਤੀ ਦੇ ਆਸ-પાસ ਆਪਾਂ ਅਗਰ ਅਰਥ ਇਹਨੂੰ ਕਨਸੀਡਰ ਕਰਦੇ ਆ ਤਾਂ ਇਹਦੇ ਆਸ-ਪਾਸ ਕੀ ਹੈ ਇੱਕ ਹਵਾ ਦਾ ਲਿਫਾਫਾ ਚੜਿਆ ਹੋਇਆ ਇਹਦੇ ਵਿੱਚ ਕੀ ਹੈਗੀਆਂ ਗੈਸੀਜ਼ ਹੈਗੀਆਂ ਇਹ ਸਾਰੀਆਂ ਜਿਹੜੀਆਂ ਗੈਸੀਜ਼ ਆਪਣੀ ਧਰਤੀ ਦੇ ਆਸ-ਪਾਸ ਇਨ੍ਹਾਂ ਗੈਸੀਜ਼ ਦੇ ਕੀ ਹੈ ਲੇਅਰਸ ਬਣੀਆਂ ਹੋਈਆਂ ਪਰਤਾਂ ਬਣੀਆਂ ਹੋਈਆਂ ਤਾਂ ਤੁਸੀਂ ਇਹ ਲੇਅਰਸ ਬਣੀਆਂ ਹੋਣੀਆਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਟਰੋਪੋਸਫੀਅਰ ஸ்ட்ਰੇਟੋਸਫੀਅਰ ਹੈਨਾ ਤਾਂ ਆਹ ਵਾਲੀਆਂ ਲੇਅਰਸ ਤੁਸੀਂ ਪੜੀਆਂ ਹੋਣੀਆਂ ਹੈ ਟ੍ਰੋਪੋਸਫੀਅਰ ਸਟੈਟੋਸਫੀਅਰ ਤੱਕ ਕਿੰਨੀਆਂ ਪਰਤਾਂ ਹੁੰਦੀਆਂ ਆਪਣੀ ਧਰਤੀ ਦੇ ਆਸ-ਪਾਸ ਮੇਨਲੀ ਜਿਹੜੀਆਂ ਇਹ ਚਾਰ ਪਰਤਾਂ ਹੁੰਦੀਆਂ ਤਾਂ ਇੱਥੇ ਕੰਪਲੀਟ ਤੁਸੀਂ ਨਾਮ ਆਵਦੇ ਨੋਟਸ ਦੇ ਵਿੱਚ ਚਾਰੇ ਪਰਤਾਂ ਬਾਰੇ ਕਿਹੜੀ ਪਰਤ ਦੇ ਵਿੱਚ ਕੀ ਹੁੰਦਾ ਕੀ ਐਗਜ਼ਿਸਟ ਕਰਦਾ ਪਿਆ ਕਿਹੜੀ ਪਰਤ ਕਾਦੇ ਲਈ ਇੰਪੋਰਟੈਂਟ ਹੁੰਦੀ ਹੈ ਜਿਵੇਂ ਸਟ੍ਰੈਟੋਸਫੀਅਰ ਦੇ ਵਿੱਚ ਤੁਸੀਂ ਸਾਰਿਆਂ ਨੇ ਪੜਿਆ ਹੋਊਗਾ ਕਿ ਓਜ਼ੋਨ ਦੀ ਜਿਹੜੀ ਪਰਤ ਹੁੰਦੀ ਹੈ ਉਹ ਕਿੱਥੇ ਹੁੰਦੀ ਹੈ ਓਜ਼ੋਨ ਗੈਸ ਜਿਹੜੀ ਹੁੰਦੀ ਹੈ ਉਹ ਦੂਜੀ ਲੇਅਰ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ दैट इज ਸਟ੍ਰੈਟੋਸਫੀਅਰ ਤਾਂ ਇਸ ਤਰ੍ਹਾਂ ਤੁਸੀਂ ਆਪਦੇ ਨੋਟਸ ਪ੍ਰਪੇਅਰ ਕਰਨੇ ਆ ਸਭ ਤੋਂ ਪਹਿਲਾਂ ਐਟਮੋਸਫੀਅਰ ਦੇ ਵਿੱਚ ਦੂਸਰਾ ਇੱਕ ਤਾਂ ਲੇਅਰ ਵਾਲਾ ਪੁਆਇੰਟ ਆਪਾਂ ਹੁਣੇ ਇੱਥੇ ਡਿਸਕਸ ਕੀਤਾ ਦੂਸਰਾ ਐਟਮੋਸਫੀਅਰ ਦੇ ਵਿੱਚ ਹੀ ਦੂਜਾ ਪੁਆਇੰਟ ਕਿਹੜਾ ਕਵਰ ਕਰਨਾ ਹੈ ਸੈਕੰਡ ਪੁਆਇੰਟ ਜਿਹੜਾ ਤੁਸੀਂ ਕਵਰ ਕਰਨਾ ਹੈ ਉਹ ਹੈ ਆਪਣੀਆਂ ਗੈਸਿਸ ਜਿਹੜੀਆਂ ਹੈਗੀਆਂ ਐਟਮੋਸਫੀਅਰ ਦੇ ਵਿੱਚ ਜਿਹੜੀਆਂ ਜਿਹੜੀਆਂ ਗੈਸਿਸਿਜ਼ ਹੈਗੀਆਂ ਤੁਸੀਂ ਪਰਸੈਂਟੇਜ ਇਹਨਾਂ ਦੀ ਪੜੀ ਹੋਊਗੀ ਕਿ ਸਭ ਤੋਂ ਜ਼ਿਆਦਾ ਪਰਸੈਂਟੇਜ ਕਿਹੜੀ ਗੈਸ ਦੀ ਹੁੰਦੀ ਹੈ ਸਭ ਤੋਂ ਘੱਟ ਕਿਹੜੀ ਹੁੰਦੀ ਆ ਸਾਰੀਆਂ ਆਪਾਂ ਗੈਸਿਸਿਜ਼ ਪੜੀਆਂ ਹੋਈਆਂ ਪਲੱਸ ਉਸ ਤੋਂ ਬਾਅਦ ਇਹ ਜਿਹੜੀਆਂ ਗੈਸਿਸ ਹੈ ਇਹਨਾਂ ਦੇ ਅੱਗੋਂ ਫੰਕਸ਼ਨ ਵੀ ਆਪਾਂ ਨਾਲ ਪੜਨੇ ਆ ਫੋਰ ਏਗਜ਼ਾਮਪਲ ਅਗਰ ਆਪਾਂ ਕਾਰਬਨ ਡਾਈਆਕਸਾਈਡ ਦੀ ਗੱਲ ਕਰੀਏ ਤਾਂ ਕਾਰਬਨ ਡਾਈਆਕਸਾਈਡ ਕਾਦੇ ਲਈ ਯੂਜ਼ ਕੀਤਾ ਜਾਂਦਾ ਮਤਲਬ ਆਪਾਂ ਕਿੱਥੇ ਦੇਖਨੇ ਕਾਰਬਨ ਡਾਈਆਕਸਾਈਡ ਨੂੰ ਯੂਜ਼ ਕੌਣ ਕਰਦਾ ਹੈ ਤਾਂ ਪਲਾਂਟਸ ਯੂਜ਼ ਕਰਦੇ ਆ ਤਾਂ ਕਾਰਬਨ ਡਾਈਆਕਸਾਈਡ ਪਲਾਂਟ ਯੂਜ਼ ਕਰਦੇ ਪਏ ਆ ਹਨ ਤਾਂ ਪਲਾਂਟ ਯੂਜ਼ ਕਰਕੇ ਕੀ ਕਰਨਗੇ ਕਾਰਬਨ ਡਾਈਆਕਸਾਈਡ ਨੂੰ ਚੇਂਜ ਕਰਨਗੇ ਕਾਦਾ ਫੂਡ ਬਣਾਣਗੇ ਕਾਰਬਨ ਡਾਈਆਕਸਾਈਡ ਪਲੱਸ ਵਾਟਰ ਦੀ ਨੂੰ ਦੋਨਾਂ ਨੂੰ ਯੂਜ਼ ਕਰਕੇ ਕੀ ਬਣਾਣਗੇ ਫੂਡ ਬਣਾਣਗੇ ਤਾਂ ਪਲਾਂਟ ਆਫ ਦਾ ਫੂਡ ਬਣਾਉਂਦੇ ਪਏ ਆ ਤਾਂ ਇੱਥੇ ਤੁਸੀਂ ਆਵਲਾ ਅਸਪੈਕਟ ਵੀ ਪੜ੍ਹਨਾ ਹੈ ਹਰ ਇੱਕ ਗੈਸ ਬਾਰੇ ਡਿਟੇਲ ਦੇ ਵਿੱਚ ਪੜ੍ਹਨਾ ਹੈ ਤਾਂ ਇਹ ਸੀ ਆਪਣਾ ਐਟਮੋਸਫੀਅਰ ਨੈਕਸਟ ਪੁਆਇੰਟ ਆਂਦਾ ਆਪਣੇ ਕੋਲ ਦੂਜਾ ਹਾਈਡਰੋਸਫੀਅਰ ਹਾਈਡਰੋਸਫੀਅਰ ਦਾ ਮਤਲਬ ਕੀ ਹੈ ਪਾਣੀ ਆਪਣੀ ਅਗਰ ਆਪਾਂ ਦੇਖੋ ਆਪਾਂ ਜਦੋਂ ਲੋਅਰ ਕਲਾਸਿਸ ਦੇ ਵਿੱਚ ਪੜਦੇ ਹਾਂ ਤਾਂ ਉੱਥੇ ਆਪਾਂ ਲੈਂਡ ਦੀ ਤੇ ਵਾਟਰ ਦੀ ਪਰਸੈਂਟੇਜ ਪੜੀ ਹੋਈ ਹੈ ਵੀ ਆਪਣੀ ਧਰਤੀ ਦੇ ਉੱਪਰ ਕਿੰਨੇ ਕਿੰਨੇ ਪਰਸੈਂਟ ਲੈਂਡ ਹੈ ਹਨਾ ਮੈਂ ਤੁਹਾਨੂੰ ਇਹ ਸਾਰਾ ਜਿਹੜਾ ਓਵਰਵਿਊ ਦੇ ਰਿਹਾ ਤਾਂ ਕਿ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਹੈ ਉਹ ਇਸ ਤਰੀਕੇ ਨਾਲ ਜੇ ਤੁਸੀਂ ਕੀਤੀ ਹੋਈ ਹੈ ਤਾਂ ਉਹ ਇਸ ਤਰੀਕੇ ਨਾਲ ਹੋਈ ਹੋਵੇ ਠੀਕ ਹੈ ਮਤਲਬ ਇਹ ਜਿਹੜੇ ਨੋਟਸ ਹੈ ਤੁਹਾਨੂੰ ਹੈਲਪ ਕਰਨਗੇ ਜਾਂ ਇਹ ਟੌਪਿਕਸ ਤੁਹਾਨੂੰ ਤੁਹਾਨੂੰ ਪਤਾ ਵੀ ਲੱਗ ਜਾਊਗਾ ਵੀ ਤੁਸੀਂ ਜਿਹੜੀ ਪ੍ਰੈਪਰੇਸ਼ਨ ਹੈ ਉਹ ਇਸ ਲੈਵਲ ਤੱਕ ਕੀਤੀ ਹੋਈ ਜਾਂ ਕਿਹੜਾ ਟੌਪਿਕ ਤੁਹਾਡਾ ਪੈਂਡਿੰਗ ਪਿਆ ਹੋਇਆ ਤਾਂ ਆਪਾਂ ਪਰਸੈਂਟੇਜ ਪੜੀ ਹੋਈ ਆ ਉਹਨੇ ਜਿਹੜਾ ਪਾਣੀ ਆ ਆਪਣੀ ਧਰਤੀ ਦੇ ਉੱਪਰ ਡੈਫੀਨਿਟਲੀ ਬਹੁਤ ਜ਼ਿਆਦਾ ਪਾਣੀ ਆ ਜਾਂ ਆਪਾਂ ਕਹਿ ਲਈਏ ਅਗਰ ਆਪਾਂ ਪਾਰਟਸ ਦੀ ਗੱਲ ਕਰੀਏ ਤਾਂ 2/3 ਜਿਹੜਾ ਆਪਣੀ ਧਰਤੀ ਦਾ 2/3 ਹਿੱਸਾ ਜਿਹੜਾ ਉਹ ਪਾਣੀ ਆ ਇਹ ਸਾਰਿਆਂ ਨੂੰ ਪਤਾ ਹੈ ਉਹਨੇ ਪਾਣੀ ਜਿਹੜਾ ਉਹ ਸਾਰਾ ਇਕੱਠਾ ਨਹੀਂ ਪਿਆ ਇਹ ਕਿੰਦੀ ਫਾਰਮ ਦੇ ਵਿੱਚ ਪਿਆ ਇਹ ਓਸ਼ੀਅਨਸ ਦੀ ਫਾਰਮ ਦੇ ਵਿੱਚ ਹੈ ਇਹਦੇ ਵਿੱਚ ਸੀਜ਼ ਆ ਜਾਣਗੇ ਮਤਲਬ ਸਾਰੇ ਸਮੁੰਦਰ ਆ ਜਾਣਗੇ ਓਸ਼ੀਅਨਸ ਆ ਜਾਣਗੇ देन ਉਸ ਤੋਂ ਬਾਅਦ ਸਟ੍ਰੇਟ ਆ ਜਾਊਗਾ। देन ਉਸ ਤੋਂ ਬਾਅਦ ਕਨਾਲਸ ਆ ਜਾਣਗੀਆਂ। ਤਾਂ ਇਸ ਤਰ੍ਹਾਂ ਤੁਸੀਂ ਸਾਰੀਆਂ ਵਾਟਰ ਬੋਡੀਜ਼ ਧਰਤੀ ਦੇ ਉੱਪਰ ਕਿਹੜੀਆਂ ਵਾਟਰ ਬੋਡੀਜ਼ ਇੰਪੋਰਟੈਂਟ ਹੈਗੀਆਂ। ਇਸੇ ਤਰ੍ਹਾਂ ਰਿਵਰਸ ਆ ਜਾਣਗੀਆਂ। ਹਨਾ ਤਾਂ ਇਹ ਸਾਰੀਆਂ ਆਪਣੀਆਂ ਵਾਟਰ ਬਾਡਿੰਗਸ ਬਣਾਉਂਦੀਆਂ ਪਈਆਂ ਤਾਂ ਇਸ ਚੀਜ਼ ਨੂੰ ਤੁਸੀਂ ਕਵਰ ਅਪ ਕਰਨਾ ਹੈ ਹਾਈਡਰੋਸਫੀਅਰ ਵਾਲੇ ਪੋਜੀਸ਼ਨ ਦੇ ਵਿੱਚ। ਨੈਕਸਟ ਆ ਗਿਆ ਆਪਣੇ ਕੋਲ ਤੀਜਾ ਪੋਜੀਸ਼ਨ ਦੈਟ ਇਜ਼ ਲੀਥੋਸਫੀਅਰ। lithosphere ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ lithosphere ਦਾ ਮਤਲਬ ਕੀ ਹੈ ਲੈਂਡ ਪਾਰਸ਼ਨ ਹੁਣ ਆਪਣਾ ਜਿਹੜਾ ਲੈਂਡ ਪਾਰਸ਼ਨ ਹੈ ਧਰਤੀ ਦੇ ਉੱਪਰ ਜਿੱਥੇ ਆਪਾਂ ਜ਼ਮੀਨ ਕਹਿ ਦਿੰਦੇ ਹਾਂ ਜਿੰਨੂੰ ਆਪਾਂ ਜਿੰਦੇ ਉੱਪਰ ਆਪਾਂ ਰਹਿ ਰਹੇ ਹਾਂ ਇਹ ਕਿੰਨਾ 1/3 ਹੈ ਹੁਣ ਇਹ 1/3 ਜਿਹੜਾ ਹੈ ਇਹ 7 ਕੰਟੀਨੈਂਟਸ ਦੇ ਵਿੱਚ ਡਿਵਾਈਡ ਹੈ 7 ਮਹਾਦੀਪ ਹੈ ਅਤੇ 7 ਮਹਾਦੀਪ ਆਪਾਂ ਨੂੰ ਚੰਗੀ ਤਰ੍ਹਾਂ ਕਲੀਅਰ ਹੋਣ ਕਿਹੜਾ ਮਹਾਦੀਪ ਕਿੰਦੇ ਨਾਲ ਟੱਚ ਹੁੰਦਾ ਪਿਆ ਕਿਹੜੇ ਮਹਾਦੀਪ ਦੇ ਨਾਲ ਕਿਹੜੀ ਵਾਟਰ ਬੋਡੀ ਲੱਗਦੀ ਪਈ ਹੈ ਕਿਹੜਾ ਮਹਾਦੀਪ ਵੱਡਾ ਹੈ ਏਰੀਆ ਵਾਈਜ਼ ਵੱਡਾ ਕਿਹੜਾ ਮਹਾਦੀਪ ਜਿਹੜਾ ਸਭ ਤੋਂ ਛੋਟਾ ਮਹਾਦੀਪ ਹੈ ਕਿਹੜੇ ਮਹਾਦੀਪ ਦੇ ਵਿੱਚ ਪੋਪੂਲੇਸ਼ਨ ਸਭ ਤੋਂ ਘੱਟ ਹੈ ਤਾਂ ਇਹ ਵਾਲੇ ਸਾਰੇ ਪੁਆਇੰਟਸ ਤੁਹਾਨੂੰ ਸਟੈਟਿਕ ਜੀਕੇ ਵਾਲੇ ਆਪਾਂ ਕਹਿ ਸਕਦੇ ਹਾਂ ਸਟੈਟਿਕ ਕੁਐਸਚਨ ਦਾ ਮਤਲਬ ਇਹ ਹੈ ਵੀ ਜਿਹੜਾ ਕਦੇ ਵੀ ਚੇਂਜ ਨਹੀਂ ਹੋਣ ਵਾਲਾ ਉਹ ਆਪਾਂ ਇਹਦੇ ਵਿੱਚ ਕਵਰ ਅਪ ਕਰਨਾ ਹੈ ਲੀਥੋਸਫੀਅਰ ਵਾਲੇ 파ਟ ਦੇ ਵਿੱਚ ਠੀਕ ਹੈ ਜੀ ਤਾਂ ਇੱਥੇ ਤੁਸੀਂ ਕੁਝ ਕੁ ਇੰਪੋਰਟੈਂਟ ਟਰਮਸ ਵੀ ਪੜਨੀਆਂ ਹੁੰਦੀਆਂ ਮੈਂ ਐਗਜ਼ਾਮਪਲ ਦਿੰਨਾ ਜਿਵੇਂ ਇੱਕ ਟਰਮ ਹੁੰਦੀ ਹੈ ਆਈਸੋ ਸੌਰੀ ਇਸਥਮਸ ਇਸਥਮਸ ਇੱਕ ਟਰਮ ਤੁਸੀਂ ਪੜ੍ਹੀ ਹੋਊਗੀ ਇਸਥਮਸ ਜੇ ਨਹੀਂ ਪੜ੍ਹੀ ਹੋਈ ਤਾਂ ਇਹਨਾਂ ਮਤਲਬ ਛੋਟੀਆਂ-ਛੋਟੀਆਂ ਟਰਮਆਂ ਆ ਜਿਹੜੀਆਂ ਤੁਸੀਂ ਦੇਖਣੀਆਂ ਇਸਥਮਸ ਹੋ ਗਿਆ ਇਸੇ ਤਰ੍ਹਾਂ ਪੈਨਿਨਸੂਲਾ ਹੋ ਗਿਆ ਪੈਨਿਨਸੂਲਾ ਕੀ ਹੁੰਦਾ ਇਹਦਾ ਮਤਲਬ ਕੀ ਹੁੰਦਾ ਤਾਂ ਇਹ ਛੋਟੀਆਂ-ਛੋਟੀਆਂ ਟਰਮਸ ਆ ਜਿਹੜੀਆਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਲੀਥੋਸਫੀਅਰ ਦੇ ਕੇਸ ਦੇ ਵਿੱਚ ਠੀਕ ਹੈ ਇਸੇ ਤਰ੍ਹਾਂ ਪਲੇਟਿਓ ਕੀ ਹੁੰਦਾ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਪਠਾਰ ਕਹਿ ਦਿੰਦੇ ਆ ਇਹ ਕਿਹਾ ਤਾਂ ਇਹ ਟਰਮਸ ਤੁਸੀਂ ਜ਼ਰੂਰ ਦੇਖ ਕੇ ਜਾਣੀਆਂ ਪੇਪਰ ਦੇ ਵਿੱਚ ਪੇਪਰ ਤੋਂ ਪਹਿਲਾਂ ਜਿਹੜੇ ਤੁਹਾਡੇ ਨੋਟਸ ਪ੍ਰੋਪਰ ਬਣੇ ਹੋਣ ਆਪਾਂ ਤਿੰਨ ਪੋਸ਼ਣ ਧਰਤੀ ਦੇ ਡਿਸਕਸ ਕੀਤੇ ਐ ਕਿਹੜੇ ਕਿਹੜੇ ਐਟਮੋਸਫੀਅਰ ਵਾਲਾ ਹਾਈਡਰੋਸਫੀਅਰ ਵਾਲਾ ਤੇ ਲਿਥੋਸਫੀਅਰ ਵਾਲਾ ਇਸ ਤੋਂ ਬਿਨਾ ਹੋਰ ਕੀ ਕੁਝ ਕਵਰ ਕਰਨਾ ਹੈ ਦੈਨ ਉਸ ਤੋਂ ਬਾਅਦ ਆंदा ਆਪਣੇ ਕੋਲ ਆਪਾਂ ਤਿੰਨੋਂ ਜਿਹੜੇ ਮੇਨ ਦੇਖ ਚੁੱਕੇ ਆਂ 파ਟ ਧਰਤੀ ਦੇ ਇਸ ਤੋਂ ਬਾਅਦ ਜਿਹੜਾ ਟੌਪਿਕ ਆਣਾ ਹੈ ਥੈਟ ਇਜ਼ ਪੋਲੂਸ਼ਨ ਇਹਦੇ ਵਿੱਚੋਂ ਤਾਂ ਡੈਫੀਨੇਟਲੀ ਆਪਣੇ ਪੇਪਰ ਦੇ ਵਿੱਚ ਕੁਐਸਚਨਸ ਫਰੇਮ ਹੋਣਗੇ ਹੀ ਹੋਣਗੇ ਪੋਲੂਸ਼ਨ ਦੇ ਵਿੱਚ ਸਾਰੇ ਸਭ ਤੋਂ ਪਹਿਲਾਂ ਆਪਾਂ ਨੂੰ ਪੋਲੂਸ਼ਨ ਸਾਰੇ ਪਤਾ ਹੋਣੇ ਚਾਹੀਦੇ ਆ 에ਅਰ ਪੋਲੂਸ਼ਨ ਹੋ ਗਿਆ ਵਾਟਰ ਪੋਲੂਸ਼ਨ ਹੋ ਗਿਆ ਨੌਇਸ ਪੋਲੂਸ਼ਨ ਹੋ ਗਿਆ ਹੈਨਾ ਤਾਂ ਇਹ ਆਪਾਂ ਨੂੰ ਪੋਲੂਸ਼ਨ ਸਾਰੇ ਤਰ੍ਹਾਂ ਦੇ ਪੋਲੂਸ਼ਨ ਪਤਾ ਹੋਣੇ ਚਾਹੀਦੇ ਆ ਨੌਇਸ ਪੋਲੂਸ਼ਨ ਕਹੈਲੋ ਜਾਂ ਇਹਨੂੰ ਸਾਊਂਡ ਪੋਲੂਸ਼ਨ ਕਹੈਲੋ ਤਾਂ ਇਹ ਸਾਰੇ ਪੋਲੂਸ਼ਨ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ ਹੁਣ ਇਹਨਾਂ ਪੋਲੂਸ਼ਨ ਦੇ ਵਿੱਚ ਕੀ ਪੜਨਾ ਹੈ ਫੋਰ ਐਗਜ਼ਾਮਪਲ ਅਗਰ ਆਪਾਂ 에ਅਰ ਪੋਲੂਸ਼ਨ ਦੀ ਗੱਲ ਕਰਦੇ ਪਏ ਆ ਤਾਂ 에ਅਰ ਪੋਲੂਸ਼ਨ ਦੇ ਵਿੱਚ ਇਸੇ ਤਰ੍ਹਾਂ ਬਾਕੀ ਤੁਸੀਂ ਪੋਲੂਸ਼ਨਸ ਦੇ ਮਤਲਬ ਸਿਸਟਮੈਟਿਕ ਫਾਰਮ ਦੇ ਵਿੱਚ ਆਪਦੇ ਨੋਟਸ ਬਣਾ ਲਿਓ 에ਅਰ ਪੋਲੂਸ਼ਨ ਦੇ ਵਿੱਚ ਆਪਾਂ ਕੀ ਡਿਸਕਸ ਕਰਨਾ ਹੈ ਮਤਲਬ ਸਭ ਤੋਂ ਪਹਿਲਾਂ ਤੁਸੀਂ ਕੀ ਦੇਖੋਗੇ ਇਹਦੇ ਕੀ ਹੈ ਸੋਰਸਸ ਮਤਲਬ 에ਅਰ ਪੋਲੂਸ਼ਨ ਹੁੰਦਾ ਕਿੱਥੋਂ ਕਿੱਥੋਂ ਪਿਆ ਕਿਹੜੇ ਸੋਰਸ ਤੋਂ ਕਿਹੜਾ 에ਅਰ ਪੋਲਿਊਸ਼ਨ ਹੁੰਦਾ ਪਿਆ ਇਹਨੂੰ ਆਪਾਂ ਕੀ ਨਾਮ ਦੇ ਦਾਂਗੇ ਪੋਲਿਊਟੈਂਟ ਦਾ ਨਾਮ ਦੇ ਦਾਂਗੇ ਮਤਲਬ 에ਅਰ ਪੋਲਿਊਸ਼ਨ ਦੇ ਵਿੱਚ ਪੋਲਿਊਟੈਂਟ ਕਿਹੜੇ ਕਿਹੜੇ ਹੋਣਗੇ ਕਿਹੜੀਆਂ ਕਿਹੜੀਆਂ ਗੈਸਿਸ ਨੂੰ ਪੋਲਿਊਟੈਂਟ ਕਿਹਾ ਜਾਂਦਾ ਹੈ ਪੋਲਿਊਟੈਂਟ ਦਾ ਮਤਲਬ ਵੀ ਜਿਹੜੇ ਪੋਲਿਊਸ਼ਨ ਕਰਨ ਵਾਲੇ ਹੁੰਦੇ ਆ ਉਹਨੂੰ ਆਪਾਂ ਪੋਲਿਊਟੈਂਟ ਕਹਿ ਦਿੰਦੇ ਆ ਦੈਨ ਉਸ ਤੋਂ ਬਾਅਦ ਕੀ ਆਜੂ ਆਪਣੇ ਕੋਲ ਇਨ੍ਹਾਂ ਪੋਲਿਊਟੈਂਟ ਨੂੰ ਅਗਰ ਆਪਾਂ ਘਟਾਉਣਾ ਹੋਵੇ ਜਾਂ ਇਹਨਾਂ ਨੂੰ ਅਗਰ ਆਪਾਂ ਸੋਲਵ ਕਰਨਾ ਹੋਵੇ 에ਅਰ ਪੋਲਿਊਸ਼ਨ ਨੂੰ ਘਟਾਉਣਾ ਹੋਵੇ ਤਾਂ ਆਪਾਂ ਕੀ ਕਰ ਸਕਦੇ ਆ ਮਤਲਬ ਇੱਥੇ ਆਪਣੇ ਕੋਲ ਕੀ ਆ ਜਾਊਗਾ ਟੈਕਨੋਲੋਜੀ ਕਹ ਲੋ ਜਾਂ ਆਪਾਂ ਇਹ ਕਹਿ ਸਕਦੇ ਹਾਂ ਇਹਨਾਂ ਨੂੰ ਘਟਾਉਣ ਦੇ ਮੈਥਡ ਕੀ ਹੋਣਗੇ ਮੈਥਡਸ ਠੀਕ ਹੈ ਵੀ ਇਹਨਾਂ ਨੂੰ ਕੰਟਰੋਲ ਆਪਾਂ ਕਿਵੇਂ ਕਰ ਸਕਦੇ ਹਾਂ ਤਾਂ ਇਹ ਆਪਾਂ ਤਿੰਨੋਂ ਚੀਜ਼ਾਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਪਲੱਸ ਇਹਨਾਂ ਦੇ ਨਾਲ ਤੁਹਾਨੂੰ ਜੁੜੀਆਂ ਹੋਈਆਂ ਟੈਕਨੀਕਲ ਟਰਮਸ ਵੀ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਜਿਵੇਂ ਮੈਂ ਲਾਸਟ ਟਾਈਮ ਹੀ ਗੱਲ ਕਰਾਂ ਤਾਂ ਲਾਸਟ ਟਾਈਮ ਪੀਐਸਟੈਟ ਦੇ ਵਿੱਚ 에ਅਰ ਪੋਲੂਸ਼ਨ ਦੇ ਵਿੱਚੋਂ ਇੱਕ ਕੁਐਸਚਨ ਆਇਆ ਸੀ ਤਾਂ ਉਹ ਕੀ ਸੀ ਉਹਦੇ ਵਿੱਚ ਇਹਨਾਂ ਨੇ ਫੁੱਲ ਫਾਰਮ ਹੀ ਪੁੱਛੀ ਹੋਈ ਸੀ ਸਿੱਧੀ ਸਿੱਧੀ ਆਵਲੀ A Q U I ਦੀ ਫੁੱਲ ਫਾਰਮ ਕੀ ਹੈ ਤਾਂ ਡਾਇਰੈਕਟਲੀ ਫੁੱਲ ਫਾਰਮ ਹੀ ਪੁੱਛ ਲੈਂਦੇ ਹੁੰਦੇ ਆ ਇਹ ਐਕਚੁਅਲੀ ਇਹ ਜਿਹੜਾ ਕੁਐਸਚਨ ਹੈ ਮੈਥਡ ਦੇ ਵਿੱਚੋਂ ਆਪਾਂ ਟੈਕਨੋਲੋਜੀ ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਇਹ ਕੁਐਸਚਨ ਪੁੱਟ ਕੀਤਾ ਗਿਆ ਸੀ ਇਸੇ ਤਰ੍ਹਾਂ ਵਾਟਰ ਪੋਲੂਸ਼ਨ ਕਵਰ ਕਰਨਾ ਹੈ ਨੌਇਸ ਪੋਲੂਸ਼ਨ ਕਵਰ ਕਰਨਾ ਹੈ ਤੇ ਹੋਰ ਜਿੰਨੇ ਵੀ ਪੋਲੂਸ਼ਨ ਹੁੰਦੇ ਆ ਫੋਰ ਐਗਜ਼ਾਮਪਲ ਤੁਸੀਂ ਆ ਵੀ ਚੀਜ਼ ਪੜ੍ਹੀ ਹੋਣੀ ਹੈ ਬਾਇਓ ਡਿਗਰੇਡੇਬਲ ਸਬਸਟੈਂਸਿਸ ਕਿਹੜੇ ਹੁੰਦੇ ਆ ਮਤਲਬ ਉਹ ਵਾਲੇ ਪਲੂਟੈਂਟ ਜਿਹੜੇ ਬਾਇਓ ਡਿਗਰੇਡੇਬਲ ਹੋਣਗੇ ਪਲੱਸ ਇਹਦੇ ਨਾਲ ਹੀ ਨੋਨ ਬਾਇਓ ਡਿਗਰੇਡੇਬਲ ਹੋ ਜਾਣਗੇ ਨੋਨ ਬਾਇਓ ਡਿਗਰੇਡੇਬਲ ਠੀਕ ਹੈ ਤਾਂ ਇਹ ਵੀ ਤੁਸੀਂ ਨਾਲ ਕਵਰ ਕਰਨਾ ਹੈ ਪੋਲੂਸ਼ਨ ਤੋਂ ਬਾਅਦ ਅਗਰ ਆਪਾਂ ਨੈਕਸਟ ਟੌਪਿਕ ਤੇ ਚਲੀਏ ਤਾਂ ਨੈਕਸਟ ਟੌਪਿਕ ਕੀ ਹੋਏਗਾ ਆਪਣੇ ਕੋਲ ਪੜਨ ਵਾਲਾ ਥੈਟ ਇਜ਼ ਹਿਊਮਨ ਬੋਡੀ ਹਿਊਮਨ ਬੋਡੀ ਨੂੰ ਅਗਰ ਆਪਾਂ ਕਨਸੀਡਰ ਕਰੀਏ ਤਾਂ ਇੱਕ ਸਾਇੰਸ ਦਾ ਹੀ ਪੋਰਸ਼ਨ ਹੈ ਮਤਲਬ ਇੱਥੇ ਤੁਹਾਨੂੰ ਸਾਇੰਸ ਦੇ ਨਾਲ ਵੀ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਅਗਰ ਆਪਾਂ ਸਾਇੰਸ ਦੀ ਗੱਲ ਕਰੀਏ ਤਾਂ ਇਹਦੇ ਤਿੰਨ ਐਸਪੈਕਟ ਹੁੰਦੇ ਆ ਹੈਨਾ ਸਾਰਿਆਂ ਨੂੰ ਪਤਾ ਹੈ ਜੈਟ ਇਜ਼ ਕੈਮਿਸਟਰੀ ਕੈਮਿਸਟਰੀ ਹਮ ਬਹੁਤ سارے ਸਟੂਡੈਂਟਸ ਦੇ ਮਨ ਦੇ ਵਿੱਚ ਡਾਊਟ ਆਊਗਾ ਕਿ ਸਾਨੂੰ ਸਾਇੰਸ ਵੀ ਬਹੁਤ ਹਾਈ ਲੈਵਲ ਤੱਕ ਪੜ੍ਹਨੀ ਪਊਗੀ ਤਾਂ ਨਹੀਂ ਹਾਈ ਲੈਵਲ ਤੱਕ ਕੁਝ ਨਹੀਂ ਪੜ੍ਹਨਾ ਕੀ ਕੀ ਪੜ੍ਹਨਾ ਹੈ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਦੇ ਆ ਕੈਮਿਸਟਰੀ ਪੜ੍ਹਨੀ ਹੈ ਪੜ੍ਹ ਕੈਮਿਸਟਰੀ ਦੇ ਵਿੱਚ ਕੀ ਕੁਝ ਪੜਨਾ ਹੈ ਜਰਨਲ ਚੀਜ਼ਾਂ ਹੀ ਪੜ੍ਹਣੀਆਂ ਕੁਝ ਖਾਸ ਨਹੀਂ ਪੜ੍ਹਨਾ ਅਗਰ ਆਪਾਂ ਕੈਮਿਸਟਰੀ ਦੀ ਗੱਲ ਕਰਾਂਗੇ ਦੈਨ ਉਸ ਤੋਂ ਬਾਅਦ ਫਿਜ਼ਿਕਸ ਦੀ ਗੱਲ ਕਰਾਂਗੇ ਤਾਂ ਫਿਜ਼ਿਕਸ ਦੇ ਵਿੱਚ ਕੀ ਕੁਝ ਪੜਨਾ ਹੈ ਫਿਜ਼ਿਕਸ ਤੋਂ ਬਾਅਦ ਬਾਇਓ ਦੇ ਵਿੱਚ ਕੀ ਕੁਝ ਪੜਨਾ ਹੈ ਜਿਵੇਂ ਮੇਨਲੀ ਬਾਇਓ ਦੇ ਵਿੱਚ ਜਿਹੜੇ ਕੁਐਸਚਨਸ ਫਰੇਮ ਹੁੰਦੇ ਆ ਉਹ ਆਪਾਂ ਹਿਊਮਨ ਬੀਇੰਗਸ ਦੇ ਵਿੱਚੋਂ ਕੁਐਸਚਨ ਫਰੇਮ ਹੁੰਦੇ ਆ ਹਿਊਮਨਸ ਬਾਰੇ ਹਿਊਮਨ ਬੋਡੀ ਬਾਰੇ ਆਪਾਂ ਨੂੰ ਕਲੀਅਰ ਕੱਟ ਹੋਵੇ ਪਲਾਂਟਸ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਦੈਨ ਉਸ ਤੋਂ ਬਾਅਦ ਐਨੀਮਲਸ ਬਾਰੇ ਪਤਾ ਹੋਣਾ ਚਾਹੀਦਾ ਇੱਥੇ ਹੀ ਮੇਨ ਚੀਜ਼ ਜਿਵੇਂ ਵਾਇਰਸ ਹੋ ਗਿਆ ਬੈਕਟੀਰੀਆ ਹੋ ਗਿਆ ਤਾਂ ਇਹਨਾਂ ਦੀਆਂ ਪ੍ਰੋਪਰਟੀਆਂ ਵਗੈਰਾ ਵੀ ਆਪਣੇ ਮਾਈਂਡ ਦੇ ਵਿੱਚ ਹੋਣੀਆਂ ਚਾਹੀਦੀਆਂ ਜਦੋਂ ਆਪਾਂ ਪੇਪਰ ਦੇ ਵਿੱਚ ਬੈਠਣ ਜਾ। ਮਤਲਬ ਮੇਨਲੀ ਜਿਹੜਾ ਪੋਜੀਸ਼ਨ ਕਵਰ ਕੀਤਾ ਜਾਂਦਾ ਉਹ ਆਹ ਐਸਪੈਕਟ ਕਵਰ ਕੀਤਾ ਜਾਂਦਾ। ਠੀਕ ਹੈ ਜੀ। ਨੈਕਸਟ ਆ ਗਿਆ। ਅਗਰ ਆਪਾਂ కెਮਿਸਟਰੀ ਦੀ ਗੱਲ ਕਰੀ ਤਾਂ కెਮਿਸਟਰੀ ਦੇ ਵਿੱਚ ਜਿਹੜੇ ਮੇਨ ਆਪਣੇ ਕੋਲ ਚੈਪਟਰਸ ਦੀ ਗੱਲ ਕਰੀਏ ਜਿਨ੍ਹਾਂ ਵਿੱਚੋਂ ਕੁਐਸਚਨ ਫਰੇਮ ਹੁੰਦੇ ਹੁੰਦੇ ਜਿਵੇਂ ਐਸਿਡ ਐਂਡ ਬੇਸ ਵਾਲਾ ਚੈਪਟਰ ਹੋ ਗਿਆ। ਨਾਂ ਤੇਜਾਬ ਤੇ ਖਾਰ ਕੀ ਹੁੰਦੀ ਹੈ ਦੈਨ ਉਸ ਤੋਂ ਬਾਅਦ ਇਹਦੇ ਵਿੱਚ ਕੁਝ ਕੁ ਕੈਮੀਕਲ ਫਾਰਮੂਲੇ ਵੀ ਪੁੱਛ ਲਏ ਜਾਂਦੇ ਸਿੱਧੇ ਸਿੱਧੇ ਐਸਿਡ ਬੇਸ ਦੇ ਡਾਇਰੈਕਟਲੀ ਕੈਮੀਕਲ ਫਾਰਮੂਲੇ ਪੁੱਛ ਲੈਂਦੇ ਆ ਉਹ ਕੈਮੀਕਲ ਫਾਰਮੂਲੇ ਕਿਵੇਂ ਪੁੱਛਦੇ ਮੈਂ ਇਹਦੀ ਵੀ ਐਗਜ਼ਾਮਪਲ ਦੇ ਦਿੰਦਾ ਇੱਕ ਫੋਰ ਐਗਜ਼ਾਮਪਲ ਉਹਨਾਂ ਨੇ ਪੁੱਛ ਲਿਆ ਨਾਈਟ੍ਰਿਕ ਐਸਿਡ ਦਾ ਫਾਰਮੂਲਾ ਦੱਸੋ ਨਾਈਟ੍ਰਿਕ ਐਸਿਡ ਕੀ ਹੁੰਦਾ ਹੈ ਨਾ ਨਾਈਟ੍ਰਿਕ ਐਸਿਡ ਦਾ ਫਾਰਮੂਲਾ ਕਿੰਦਾ HNO3 ਨਾਰਮਲ ਜੀ ਗੱਲ ਹੈ ਐਸੀ ਤਰ੍ਹਾਂ ਪਲਾਸਟਰ ਆਫ ਪੈਰਿਸ ਦਾ ਪੀਓਪੀ ਜਿਹਨੂੰ ਆਪਾਂ ਬੋਲਦੇ ਆਂ ਇਹਦਾ ਫਾਰਮੂਲਾ ਕੀ ਹੁੰਦਾ ਹੈ ਤਾਂ ਇੱਥੇ ਆਪਾਂ ਕੈਮੀਕਲ ਫਾਰਮੂਲੇ ਵਗੈਰਾ ਵੀ ਪੜ੍ਹਨੇ ਆਂ ਉਸ ਤੋਂ ਬਿਨਾ ਇਹਦੇ ਵਿੱਚ ਹੀ ਕੈਮਿਸਟਰੀ ਦੇ ਵਿੱਚ ਹੀ ਚੈਪਟਰ ਆ ਜਾਂਦਾ ਆਪਣਾ ਮੈਟਲਸ ਐਂਡ ਨੋਨ ਮੈਟਲਸ ਦੇਖੋ ਆ ਦੋ ਜਿਹੜੇ ਚੈਪਟਰ ਆ ਇਹਨਾਂ ਵਿੱਚੋਂ ਕੁਐਸਚਨ ਫਰੇਮ ਹੋਣੇ ਹੀ ਹੋਣੇ ਆ ਡੈਫੀਨੇਟਲੀ ਹੋਣਗੇ ਇਸ ਤੋਂ ਬਿਨਾ ਵੀ ਕੁਝ ਜਿਹੜੇ ਕੈਮਿਸਟਰੀ ਦੇ ਜਿਹੜੇ ਇੰਪੋਰਟੈਂਟ ਟੌਪਿਕਸ ਹੈਗੇ ਆ ਉਹ ਵੀ ਤੁਸੀਂ ਕਵਰ ਅਪ ਕਰਨੇ ਆਂ ਫਿਜ਼ਿਕਸ ਦੀ ਗੱਲ ਕਰੀਏ ਤਾਂ ਫਿਜ਼ਿਕਸ ਦੇ ਵਿੱਚੋਂ ਕੀ ਕੁਝ ਕਵਰ ਕਰਨਾ ਹੈ ਸਭ ਤੋਂ ਪਹਿਲਾਂ ਲਾਈਟ ਵਾਲਾ ਚੈਪਟਰ ਤੁਹਾਨੂੰ ਕਲੀਅਰ ਕਟ ਆਉਂਦਾ ਹੋਵੇ ਇਹਦੇ ਵਿੱਚੋਂ ਕੁਐਸਚਨਸ ਡੈਫੀਨਿਟਲੀ ਆਉਣਗੇ ਦੂਸਰਾ ਆਪਾਂ ਟੌਪਿਕ ਦਾ ਨਾਮ ਲਈਏ ਤਾਂ ਸਾਊਂਡ ਵਾਲਾ ਟੌਪਿਕ ਹੋ ਗਿਆ ਥੈਨ ਉਸ ਤੋਂ ਬਾਅਦ ਮੋਸ਼ਨ ਵਾਲਾ ਚੈਪਟਰ ਹੋ ਗਿਆ ਤਾਂ ਇਹ ਕੁਝ ਕੁ ਜਰਨਲ ਜਿਹੜੇ ਆਪਣੇ ਕੋਲ ਚੈਪਟਰਸ ਹੈਗੇ ਆ ਜਿਹੜੇ ਜਿਨ੍ਹਾਂ ਨੂੰ ਆਪਾਂ ਈਵੀਐਸ ਦਾ ਪੋਜੀਸ਼ਨ ਮੰਨ ਲੈਂਦੇ ਆ ਮਤਲਬ ਐਗਜ਼ਾਮੀਨਰ ਇਹਨਾਂ ਦੇ ਵਿੱਚੋਂ ਕੁਐਸਚਨ ਜਿਹੜੇ ਫਰੇਮ ਇਹੀ ਸੋਚ ਕੇ ਪਾਉਂਦਾ ਕਿ ਇਹ ਜਿਹੜੇ ਚੈਪਟਰ ਦਾ ਜਾਂ ਇਹ ਜਿਹੜੇ ਟੌਪਿਕ ਹੈ ਉਹ ਆਪਣੇ এনवायरमेंट ਦੇ ਨਾਲ ਰਿਲੇਟਡ ਹੈ ਠੀਕ ਹੈ ਜੀ ਹਿਊਮਨ ਬੋਡੀ ਬੜਨ ਤੋਂ ਬਾਅਦ ਉਸ ਤੋਂ ਬਾਅਦ ਕੀ ਆਊਗਾ ਆਪਾਂ ਆਉਂਦੇ ਵਾਤਾਵਰਣ ਨੂੰ ਬਚਾਉਣ ਦੇ ਲਈ ਕੁਝ ਇੱਕ ਪ੍ਰੋਟੋਕੋਲ ਵਗੈਰਾ ਸਾਈਨ ਕੀਤੇ ਹੋਏ ਐ ਪ੍ਰੋਟੋਕੋਲ ਸਾਈਨ ਕੀਤੇ ਹੋਏ ਐ ਦੈਨ ਉਸ ਤੋਂ ਬਾਅਦ ਕਨਵੈਨਸ਼ਨਸ ਮੀਟਿੰਗਸ ਹੋਈਆਂ ਤਾਂ ਇਹ ਮੀਟਿੰਗਸ ਬਾਰੇ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਜਿਵੇਂ ਇੱਕ ਮੋਸਟ ਇੰਪੋਰਟੈਂਟ ਆਂਦੀ ਹੁੰਦੀ ਆ ਵੀ ਅਰਥ ਸਮਿਟ ਕੀ ਜਦੋਂ ਹੋਈ ਸੀ ਇਹ ਕਦੋਂ ਹੋਈ ਸੀ ਹੈਨਾ ਤਾਂ ਅਰਥ ਸਮਿਟ ਵਾਲਾ ਕੁਸ਼ਨ ਆ ਜਾਂਦਾ ਇਸ ਤਰ੍ਹਾਂ ਪ੍ਰੋਟੋਕੋਲ ਵਗੈਰਾ ਜਿਹੜੇ ਸਾਈਨ ਹੋਏ ਹੋਏ ਐ ਲਾਈਕ ਜਿਵੇਂ ਕਿਓਟੋ ਪ੍ਰੋਟੋਕੋਲ ਮੌਂਟਰੀਅਲ ਪ੍ਰੋਟੋਕੋਲ ਇਹ ਸਾਰੇ ਪ੍ਰੋਟੋਕੋਲ ਵੀ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ ਕਨਵੈਨਸ਼ਨਸ ਦੀ ਗੱਲ ਕਰੀਏ ਤਾਂ ਬਿਆਨਨਾ ਕਨਵੈਨਸ਼ਨ ਇਸੇ ਤਰ੍ਹਾਂ ਦੀ ਗੱਲ ਹੀ ਜਿਹੜਾ ਕਿ ਗੱਲ ਹੀ ਐਗਰੀਮੈਂਟ ਕਹ ਲਓ ਜਾਂ ਕਿ ਗੱਲ ਹੀ ਅਮੈਂਡਮੈਂਟ ਕਹ ਲਓ ਇਹ ਇੰਪੋਰਟੈਂਟ ਹੈ ਆਪਣੇ এনवायरमेंट ਦੇ ਪਰਸਪੈਕਟਿਵ ਚ ਇਹ ਆਪਾਂ ਨੂੰ ਡੈਫੀਨੇਟਲੀ ਆਣੇ ਚਾਹੀਦੇ ਆ ਇਸ ਤੋਂ ਬਿਨਾ ਪ੍ਰੋਟੋਕੋਲ ਕਨਵੈਨਸ਼ਨਸ ਤੋਂ ਬਿਨਾ ਦੈਨ ਉਸ ਤੋਂ ਬਾਅਦ ਮੋਸਟ ਇੰਪੋਰਟੈਂਟ ਟੌਪਿਕ ਦੈਟ ਇਜ਼ ਅਬਾਊਟ ਡਿਜ਼ੀਜ਼ਸ ਜਿਹੜੀਆਂ ਬਿਮਾਰੀਆਂ ਹੁੰਦੀਆਂ ਕਿਹੜੀ ਬਿਮਾਰੀ ਹੈ ਕਿੰਦੇ ਕਰਕੇ ਹੋ ਰਹੀ ਹੈ ਇਹਦਾ ਰੀਜ਼ਨ ਕਾਜ਼ ਕੀ ਹੋਊਗਾ ਮਤਲਬ ਬੈਕਟੀਰੀਆ ਜਾਂ ਵਾਇਰਸ ਹੈ ਔਰ ਉਸ ਬੈਕਟੀਰੀਆ ਜਾਂ ਵਾਇਰਸ ਦਾ ਨਾਮ ਕੀ ਹੈ ਦੈਨ ਉਸ ਤੋਂ ਬਾਅਦ ਇਹਦੀ ਪ੍ਰੀਵੈਂਸ਼ਨ ਦੇ ਲਈ ਮਤਲਬ ਰੋਕਥਾਮ ਦੇ ਲਈ ਤੇ ਉਸ ਤੋਂ ਬਾਅਦ ਇਹਦੇ ਜੇ ਕੋਈ ਡਿਜ਼ੀਜ਼ ਹੈ ਜਿੰਦਾ ਟੈਸਟ ਕੋਈ ਅਲੱਗ ਤੋਂ ਖਾਸ ਹੋਵੇ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਇਹਦੇ ਟ੍ਰੀਟਮੈਂਟ ਬਾਰੇ ਮਤਲਬ ਵੈਕਸੀਨੇਸ਼ਨ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਵੈਕਸੀਨੇਸ਼ਨ ਹੈ ਕਿੰਦੇ ਵਿੱਚ ਯੂਜ਼ ਹੁੰਦਾ ਮਤਲਬ ਕਿਹੜੀ ਡਿਜ਼ੀਜ਼ ਦੇ ਲਈ ਯੂਜ਼ ਹੁੰਦਾ ਠੀਕ ਹੈ ਜਾਂ ਕੋਈ ਟੈਕਨੋਲੋਜੀ ਖਾਸ ਟੈਕਨੋਲੋਜੀ ਹੋਵੇ ਜਿਹੜੀ ਪਾਰਟਿਕੂਲਰ ਡਿਜ਼ੀਜ਼ ਦੇ ਲਈ ਯੂਜ਼ ਮਤਲਬ ਯੂਜ਼ ਕੀਤੀ ਜਾ ਰਹੀ ਹੈ ਉਹਨੂੰ ਟ੍ਰੀਟਮੈਂਟ ਕਰਨ ਦੇ ਲਈ ਠੀਕ ਹੈ ਜੀ ਤਾਂ ਇਹ ਵਾਲੇ ਟੌਪਿਕ ਉਹਦੇ ਵਿੱਚੋਂ ਵੀ ਕੁਐਸਚਨਸ ਡੈਫੀਨਿਟਲੀ ਬੰਦੇ ਹੀ ਬੰਦੇ ਹੈ ਹਾਂਜੀ ਨੈਕਸਟ ਆ ਗਿਆ ਆਪਣੇ ਕੋਲ ਹੋਰ ਕੀ ਕੁਛ ਆਊਗਾ ਇੰਪੋਰਟੈਂਟ ਡੇਜ਼ ਇੱਕ ਤੋਂ ਦੋ ਕੁਐਸਚਨ ਜਿਹੜੇ ਤੁਹਾਡੇ ਇੰਪੋਰਟੈਂਟ ਡੇਜ਼ ਦੇ ਵਿੱਚੋਂ ਆ ਜਾਣਗੇ ਡੇਜ਼ ਡੇਜ਼ ਮਤਲਬ ਕਿਹੜੇ ਡੇਜ਼ ਤਾਂ ਇਹਦੇ ਵਿੱਚ ਸਪੈਸ਼ਲੀ এনवायरमेंट ਦੇ ਨਾਲ ਹੀ ਰਿਲੇਟਡ ਡੇਜ਼ ਆਪਾਂ ਨੂੰ ਪਤਾ ਹੋਣੇ ਚਾਹੀਦੇ ਤਾਂ ਸਾਲ ਦੇ ਵਿੱਚ ਅਪਰੋਕਸੀਮੈਂਟਲੀ 15 ਤੋਂ 20 ਦਿਨ ਇਹੋ ਜਿਹੇ ਆ ਜਿਹੜੇ ਪੈਟ ਹੈ ਮਤਲਬ ਜਿਹੜੇ ਐਗਜ਼ਾਮੀਨਰ ਆਪਦੇ ਕੁਐਸਚਨ ਉਹ ਇਹਨਾਂ ਦੇ ਵਿੱਚੋਂ 15 ਤੇ 20 ਦੇ ਵਿੱਚੋਂ ਪੰਦਾ ਹੀ ਪੰਦਾ ਹੁੰਦਾ ਹੈ এনवायरमेंट ਡੇਜ਼ ਹੋ ਜਿਹੜਾ ਦੇ ਵਿੱਚ ਠੀਕ ਹੈ ਜੀ ਤਾਂ ਇਹ এনवायरमेंट ਡੇਸ ਪਲੱਸ ਇਹਨਾਂ ਦੇ ਥੀਮ ਵੀ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ ਥੀਮ ਕੀ ਹੁੰਦਾ ਹੈ ਹਰ ਇੱਕ ਸਾਲ ਦੇ ਵਿੱਚ ਜਿਹੜਾ ਵੀ ਦਿਨ ਆਰਗੇਨਾਈਜ਼ ਕੀਤਾ ਜਾਂਦਾ ਜਿਵੇਂ 2022 ਮੈਂ ਐਗਜ਼ਾਮਪਲ ਦੇ ਕੇ ਸਮਝਾ ਦੇਣਾ ਤੁਹਾਨੂੰ 2022 ਦੇ ਵਿੱਚ ਜਿਹੜਾ ਆਪਣਾ এনवायरमेंट ਡੇ এনवायरमेंट ਡੇ ਹੁੰਦਾ ਕਦੋਂ ਹੈ ਹਰ ਸਾਲ ਕਦੋਂ ਹੁੰਦਾ ਹੈ ਤੁਹਾਨੂੰ ਪਤਾ ਹੋਊਗਾ এনवायरमेंट ਡੇ ਕਦੋਂ ਹੁੰਦਾ ਹੈ 5 ਜੂਨ ਨੂੰ ਹੁੰਦਾ 5th ਆਫ ਜੂਨ ਨੂੰ ਹੁੰਦਾ ਔਰ ਇਸ ਵਾਰੀ ਇਹਦਾ ਜਿਹੜਾ ਥੀਮ ਸੀ ਉਹ ਕੀ ਸੀ ਓਨਲੀ ਵਨ ਆਰਥ ਓਨਲੀ ਵਨ ਅਰਥ ਇਹ ਜਿਹੜਾ ਇਸ ਵਾਰੀ ਦਾ ਥੀਮ ਸੀ ਤਾਂ ਇਸ ਤਰ੍ਹਾਂ ਹਰ ਇੱਕ ਜਿਹੜਾ ਡੇ ਦਾ ਕੋਈ ਨਾ ਕੋਈ ਥੀਮ ਹੋਊਗਾ ਠੀਕ ਹੈ ਜੀ ਤਾਂ ਉਹ ਤੁਸੀਂ ਨਾਲ ਨਾਲ ਆਪਦੇ ਨੋਟਸ ਦੇ ਵਿੱਚ ਡੇਸ ਲਿਖ ਕੇ ਨਾਲ ਥੀਮ ਵੀ ਲਿਖ ਲੈਣੇ ਆ ਨੈਕਸਟ ਆ ਗਿਆ ਆਪਣੇ ਕੋਲ এনवायरमेंट ਦੇ ਨਾਲ ਰਿਲੇਟਡ ऑर्गेनाइजेशंस जिन्ना नु आपा बोल देना एनवायरमेंटल ऑर्गेनाइजेशन मतलब ओ वलियां ऑर्गेनाइजेशंस जो एनवायरमेंट दे लिए काम करदियां पईयां फॉर एग्जांपल यूएनईपी पूरे वर्ल्ड दे विच United Nations Environment Program ਦੂਸਰਾ ਆ ਗਿਆ ਆਪਣੇ ਕੋਲ IUCN International Union for Conservation of Nature and Natural Things then ਉਸ ਤੋਂ ਬਾਅਦ ਆ ਗਿਆ ਆਪਣੇ ਕੋਲ WWF ਉਹ WWF ਕੀ मोस्टली ਜੇ ਪੇਪਰ ਦੇ ਵਿੱਚ ਕਈ ਵਾਰ ਸਟੂਡੈਂਟ ਜਿਹੜੇ ਪਹਿਲੀ ਵਾਰ ਮਤਲਬ ਅਟੈਂਪਟ ਕਰਦੇ ਪਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਵੀ WWF ਤਾਂ ਉਹ ਵਾਲੀ ਦੂਜੀ ਹੈ ਜਿਹੜੀ ਲੜਾਈ ਲੜੂਈ ਵਾਲੀ ਹੁੰਦੀ ਹੈ ਨਾ ਇਹ ਮਤਲਬ এনवायरमेंट ਵਾਲੀ ਕਿੱਥੋਂ ਆ ਜੂਗੀ ਸੁਪੋਜ਼ ਉਹਨਾਂ ਨੇ ਇਹ ਹੀ ਪੁੱਛਿਆ ਵੀ ਇਹਨਾਂ ਵਿੱਚੋਂ ਕਿਹੜੀ ਆਰਗੇਨਾਈਜੇਸ਼ਨ ਹੈ ਜਿਹੜੀ एनवायरनमेंट ਦੇ ਨਾਲ ریلیਟਡ ਨਹੀਂ ਹੈਗੀ ਤਾਂ ਆਪਾਂ ਚੱਕ ਕੇ ਸਿੱਧਾ ਅਨਸਰ ਕਰਦੇ ਆ WWF ਤਾਂ ਉੱਥੇ ਧਿਆਨ ਦੇ ਨਾਲ ਆਪਾਂ ਨੂੰ ਆ ਸਾਰੇ ਟੌਪਿਕ ਪੜੇ ਹੋਣੇ ਚਾਹੀਦੇ ਆ ਇਸੇ ਤਰ੍ਹਾਂ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਜੂ ਲੋਜੀਕਲ ਸਰਵੇ ਆਫ ਇੰਡੀਆ ਵੀ ਹੈਗੀ ਹੈ ਅਗਰ ਇਹ ਇੰਡੀਆ ਲੈਵਲ ਤੇ ਆਪਣੀ ਕੰਟਰੀ ਲੈਵਲ ਤੇ ਹੈ ਇਸ ਤਰ੍ਹਾਂ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਵਰਲਡ ਦੇ ਵਿੱਚ ਹੈਗੀਆਂ ਤੁਹਾਨੂੰ ਕਲੀਅਰ ਕਟ ਇਹਨਾਂ ਦੇ ਫੰਕਸ਼ਨ ਵੀ ਇਹਨਾਂ ਦੇ ਹੈੱਡਕੁਆਰਟਰ ਵੀ ਇਹਨਾਂ ਦੇ ਹੈੱਡ ਵੀ ਔਰ ਇਹ ਕਦੋਂ ਸਟੈਬਲਿਸ਼ ਹੋਈਆਂ ਇਹ ਸਾਰਾ ਆਪਾਂ ਨੂੰ ਇੱਕਰ ਪ੍ਰੋਪਰ ਨੋਟਸ ਦੀ ਫਾਰਮ ਦੇ ਵਿੱਚ ਆਪਦੇ ਆਪਣੇ ਬਣਾਉਣੇ ਆ ਠੀਕ ਹੈ ਜੀ ਨੈਕਸਟ ਅਗਰ ਆਪਾਂ ਹੋਰ ਟੌਪਿਕ ਦੀ ਗੱਲ ਕਰੀਏ ਵੀ ਹੋਰ ਕੁਐਸਚਨ ਕਿੱਥੋਂ ਫਰੇਮ ਹੋ ਸਕਦੇ ਆ ਇਸ ਤੋਂ ਬਿਨਾ এনवायरमेंट ਦੇ ਵਿੱਚ ਕੀ ਕੁਝ ਆਊਗਾ ਮੋਸਟ ਇੰਪੋਰਟੈਂਟ ਜਿਵੇਂ ਕੁਝ ਲਾਜ਼ ਆ ਜਾਂਦੇ ਹੁੰਦੇ ਲਾਜ਼ এনवायरमेंट ਦੇ ਲਾਜ਼ ਹੀ ਫੋਰ ਐਗਜ਼ਾਮਪਲ ਜਾਂ ਕੁਝ ਕੁ ਟਰਮਸ ਲਾਜ਼ ਦੇ ਨਾਲ ਆਪਾਂ ਇਹਨੂੰ ਕਹਿ ਸਕਦੇ ਆ ਕੁਝ ਕੁ ਟਰਮਸ ਵੀ ਇੰਪੋਰਟੈਂਟ ਹੁੰਦੀਆਂ ਆ ਉਨੇ ਟਰਮਸ ਜਾਂ ਲਾਜ਼ ਦੇ ਵਿੱਚੋਂ ਕਿਹੜਾ ਕੁਐਸਚਨ ਬਣੂਗਾ ਜਿਵੇਂ ਮੈਂ ਲਾਅ ਦੀ ਹੀ ਇੱਕ ਐਗਜ਼ਾਮਪਲ ਲਵਾਂ ਤਾਂ ਇੱਕ ਲਾਅ ਬੜਾ ਫੇਮਸ ਹੈ 10% ਲਾਅ 10% ਲਾਅ ਤਾਂ ਇਹਦੇ ਬਾਰੇ ਆਪਾਂ ਨੂੰ ਕੰਪਲੀਟ ਪਤਾ ਹੋਣਾ ਚਾਹੀਦਾ 10% ਲਾਅ ਕੀ ਹੈ ਇਸ ਤੋਂ ਬਿਨਾਂ ਟਰਮਸ ਕੀ ਹੁੰਦੀਆਂ ਟਰਮਸ ਫੋਰ ਐਗਜ਼ਾਮਪਲ ਲਾਈਕ ਬਾਇਓਡਾਈਵਰਸਿਟੀ ਕੀ ਹੁੰਦੀ ਹੈ ਵਾਟ ਇਜ਼ ਬਾਇਓਡਾਈਵਰਸਿਟੀ ਕੀ ਸਟੋਨ ਸਪੀਸੀਜ਼ ਕੀ ਸਟੋਨ ਸਪੀਸੀਜ਼ ਕਾਰਬਨ کریڈਟ ਕੀ ਹੁੰਦਾ ਹੈ ਕਾਰਬਨ کریਡਟ ਤਾਂ ਇਸ ਤਰ੍ਹਾਂ ਦੀਆਂ টারਮਸ ਜਿਹੜੀਆਂ ਆਪਾਂ ਨੂੰ ਪੇਪਰ ਦੇ ਵਿੱਚ ਪਤਾ ਹੋਣੀਆਂ ਚਾਹੀਦੀਆਂ ਠੀਕ ਹੈ ਜੀ ਤਾਂ ਇਹ ਨਾਰਮਲ ਹੀ ਹੈ ਕੋਈ ਜਿਆਦਾ ਖਾਸ ਨਹੀਂ ਹੈਗਾ ਮੈਂ ਫਿਰ ਕਹਿ ਰਿਹਾ ਔਰ ਜੇ ਕੋਈ ਸਟੂਡੈਂਟਸ ਨੂੰ ਇਹ ਚੀਜ਼ਾਂ ਨਹੀਂ ਆਉਂਦੀਆਂ ਤਾਂ ਉਹ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਨੀਚੇ ਇਹ ਚੀਜ਼ਾਂ ਮਤਲਬ ਕਮੈਂਟ ਕਰਕੇ ਦੱਸ ਦੇਵੇ ਕਿ ਤੁਹਾਨੂੰ ਇਸ ਚੀਜ਼ ਦੇ ਉੱਪਰ ਲੈਕਚਰ ਚਾਹੀਦੇ ਆ ਠੀਕ ਹੈ ਤਾਂ ਆਪਾਂ ਇੱਕ ਪਾਰਟਿਕੂਲਰ ਇੱਕ ਸੀਰੀਜ਼ ਵੀ ਲੈ ਕੇ ਆਵਾਂਗੇ এনवायरमेंट ਜਿੰਦੇ ਵਿੱਚ ਕੰਪਲੀਟਲੀ ਕਵਰ ਕੀਤੀ ਜਾਊਗੀ ਨੈਕਸਟ ਆ ਗਿਆ এনवायरमेंट ਦੇ ਵਿੱਚ ਹੋਰ ਕੀ ਕੁਝ ਕਵਰ ਕਰਨਾ ਹੈ ਮੋਸਟ ਇੰਪੋਰਟੈਂਟ এনवायरमेंट ਮਤਲਬ ਸਿਲੇਬਸ ਦੇ ਵਿੱਚ ਅਗਰ ਆਪਾਂ ਸਿਲੇਬਸ ਦੇ ਅਕੋਰਡਿੰਗ ਹੀ ਚੱਲਾਂਗੇ ਤਾਂ এনवायरमेंट ਦੇ ਵਿੱਚ ਆਪਾਂ ਪੰਜਾਬ ਜੀਕੇ ਵੀ ਪੜ੍ਹਨੀ ਹੈ ਇੱਥੇ ਮਤਲਬ ਪੰਜਾਬ ਦੀ ਜੀਓਗ੍ਰਾਫੀ ਪੜ੍ਹਨੀ ਹੈ ਸਪੈਸ਼ਲੀ ਪੰਜਾਬ ਦੀ ਜੀਓਗ੍ਰਾਫੀ ਐਂਡ ਪੰਜਾਬ ਦਾ ਕਲਚਰ ਦੇਖੋ ਇੱਕ ਤੋਂ ਦੋ ਕੁਐਸਚਨ ਹੀ ਹੁੰਦੇ ਆ ਇਸ ਟੌਪਿਕ ਦੇ ਵਿੱਚੋਂ ਤੇ ਜਿਹੜੇ ਸਟੂਡੈਂਟ ਸੀਟਟ ਦਾ ਪੇਪਰ ਦੇਣ ਜਾ ਰਹੇ ਆ ਉਹ ਪੰਜਾਬ ਵਾਲੇ ਨੂੰ ਬਿਲਕੁਲ ਵੀ ਨਾ ਕਰਕੇ ਜਾਣ ਕਿਉਂਕਿ ਉਹਨਾਂ ਦੇ ਸੀਟਟ ਦੇ ਐਗਜ਼ਾਮ ਦੇ ਵਿੱਚ ਪੰਜਾਬ ਦਾ ਕੁਝ ਵੀ ਨਹੀਂ ਆਣਾ ਪੰਜਾਬ ਦੀ ਜੀਓਗ੍ਰਾਫੀ ਔਰ ਪੰਜਾਬ ਦਾ ਕਲਚਰ ਇਹਨਾਂ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਬਸ ਠੀਕ ਹੈ ਤਾਂ ਓਵਰਵਿਊ ਹੋਣਾ ਚਾਹੀਦਾ ਡੈਫੀਨੇਟਲੀ ਸੀਟਟ ਦੇ ਵਿੱਚ ਇਹ ਕੁਝ ਨਹੀਂ ਤੁਸੀਂ ਕਵਰ ਕਰਨਾ ਸਿਰਫ ਪੀਟਟ ਦੇ ਵਿੱਚ ਹੀ ਕਵਰ ਕਰਨਾ ਨੈਕਸਟ ਆ ਗਿਆ ਅਗਰ ਆਪਾਂ ਨੈਕਸਟ ਗੱਲ ਕਰੀਏ एनवायरनमेंट ਦੇ ਵਿੱਚ ਹੀ एनवायरनमेंट ਦੇ ਵਿੱਚ ਨੈਕਸਟ ਟਾਪਿਕ ਦੀ ਗੱਲ ਕਰੀਏ ਤਾਂ ਉਹ ਕੀ ਆਊਗਾ ਨੈਕਸਟ ਆ ਗਿਆ ਆਪਣੇ ਕੋਲ एनवायरनमेंट ਦੇ ਵਿੱਚ ਮਿਸਲੀਨੀਅਸ ਟਾਪਿਕਸ ਮਿਸਲੀਨੀਅਸ ਮਤਲਬ ਉਹ ਵਾਲੇ ਟਾਪਿਕ ਜਿਹੜੇ ਕਿਸੇ ਵੀ ਇੱਕ ਟਾਪਿਕ ਦੇ ਵਿੱਚ ਫਿੱਟ ਨਹੀਂ ਬੈਠਦੇ ਇਹਨੂੰ ਆਪਾਂ ਮਿਕਸਚਰ ਕਹਿ ਦਿੰਦੇ ਹਾਂ ਠੀਕ ਹੈ ਮਿਕਸ ਟਾਪਿਕਸ ਆ ਜਾਣਗੇ ਇਸ ਤੋਂ ਬਾਅਦ ਮਿਸਲਿਨੀਅਸ ਟੌਪਿਕਸ ਤੋਂ ਬਾਅਦ ਇੱਕ ਇੰਪੋਰਟੈਂਟ ਆਪਣੀਆਂ ਆਰਗੇਨਾਈਜੇਸ਼ਨਸ ਸਾਰੀਆਂ ਪਤਾ ਹੋਣ ਮੈਂ ਉੱਪਰ ਜਿਹੜੀ ਗੱਲ ਕੀਤੀ ਸੀ ਮਤਲਬ ਪਹਿਲਾਂ ਜਿਹੜੀ ਗੱਲ ਕੀਤੀ ਸੀ ਪਿਛਲੀ ਸਲਾਈਡ ਦੇ ਵਿੱਚ ਉਹ ਆਰਗੇਨਾਈਜੇਸ਼ਨਸ এনवायरमेंट ਦੇ ਨਾਲ ਰਿਲੇਟਡ ਸੀ ਇੱਥੇ ਆਰਗੇਨਾਈਜੇਸ਼ਨਸ ਪੂਰੀਆਂ ਵਰਲਡ ਦੀਆਂ ਠੀਕ ਹੈ ਤਾਂ ਇੱਥੇ ਪੂਰੀਆਂ ਵਰਲਡ ਦੀਆਂ ਆਰਗੇਨਾਈਜੇਸ਼ਨ ਫੋਰ ਐਗਜ਼ਾਮਪਲ ਯੂਨ ਯੂਨ ਬਾਰੇ ਪਤਾ ਹੋਣਾ ਚਾਹੀਦਾ ਦੈਨ ਉਸ ਤੋਂ ਬਾਅਦ ਵਰਲਡ ਬੈਂਕ ਯੂਨੈਸਕੋ Uh, IMF ਤਾਂ ਇਹ ਵੀ ਆਪਣੇ ਜਿਹੜੇ এনवायरमेंट ਦਾ ਪਾਰਟ ਕਿਤੇ ਨਾ ਕਿਤੇ ਇੱਕ ਤੋਂ ਦੋ ਕੁਐਸਚਨ ਜਿਹੜੇ ਇਹਨਾਂ ਤੇ ਬੇਸ ਤੇ ਦੇਖਣ ਨੂੰ ਮਿਲ ਸਕਦੇ ਆ ਠੀਕ ਹੈ ਤਾਂ ਇਹ ਮੇਜਰਲੀ ਜਿਹੜੇ ਇਹ ਜਿਹੜੇ ਮੈਂ ਟੌਪਿਕ ਤੁਹਾਨੂੰ ਦੱਸਿਆ ਇਹ ਜਿਹੜੇ ਟੌਪਿਕ ਤੁਹਾਡੇ ਕਵਰ ਅਪ ਕਰਨਗੇ ਤੁਹਾਡੇ 30 ਦੇ ਵਿੱਚੋਂ ਨੀਅਰ ਅਬਾਊਟ 27 ਤੋਂ 29 ਮਾਰਕਸ ਜਿਹੜੇ ਹੋਣਗੇ ਇਹਨਾਂ ਟੌਪਿਕਸ ਦੇ ਵਿੱਚੋਂ ਹੀ ਕਵਰ ਕਰਨਗੇ ਆਊਟ ਆਫ 30 ਜਿੰਨ ਦੇ ਵਿੱਚ ਤੁਹਾਡੇ ਜਿਹੜੇ 5 ਕੁਐਸਚਨ ਹੈ ਇਹ ਪੈਡਾਗੋਜੀ ਦੇ ਹੋਣਗੇ ਇੰਨਾਂ ਬਾਰੇ ਵੀ ਆਪਾਂ ਜਿਹੜਾ ਇਹ ਸਾਈਕੋਲੋਜੀ ਦੇ ਲੈਕਚਰਸ ਦੇ ਵਿੱਚ ਜਿਹੜੀ ਪੈਡਾਗੋਜੀ ਆਪਾਂ ਪੜਦੇ ਆ ਤਾਂ ਉਹਦੇ ਵਿੱਚ ਵੀ ਇਹਨਾਂ ਦੀ ਡਿਸਕਸ਼ਨ ਕੀਤੀ ਹੋਈ ਹੈ ਇੱਕ ਅਲੱਗ ਤੋਂ ਜਿਹੜਾ ਆਪਣੇ YouTube ਤੇ ਉੱਪਰ ਆਪਣੇ ਚੈਨਲ ਦੇ ਉੱਪਰ ਹੀ ਇੱਕ ਜਿਹੜਾ ਲੈਕਚਰ ਪਿਆ ਹੋਇਆ ਜਿੰਨ ਦੇ ਵਿੱਚ ਇਹ ਡਿਸਕਸ਼ਨ ਕੀਤੀ ਹੋਈ ਹੈ ਕਿ PS TET ਦਾ ਜਿਹੜਾ ਪੇਪਰ ਹੈ ਉਹਦੇ ਵਿੱਚ ਤੁਸੀਂ 150 ਦੇ ਵਿੱਚੋਂ 110 ਤੋਂ ਵੀ ਪਲੱਸ ਮਾਰਕਸ ਕਿਵੇਂ ਲੈ ਸਕਦੇ ਹੋ ਅਗਰ ਉਹ ਵੀਡੀਓ ਜਿਨ੍ਹਾਂ ਨੇ ਨਹੀਂ ਦੇਖੀ ਤਾਂ ਉਹਨਾਂ ਦਾ ਉਸ ਵੀਡੀਓ ਦਾ ਲਿੰਕ ਹੇਠੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜੂਗਾ ਉਹ ਵੀਡੀਓ ਵੀ ਤੁਸੀਂ ਜ਼ਰੂਰ ਸੁਣ ਕੇ ਜਾਇਓ ਪੇਪਰ ਤੋਂ ਪਹਿਲਾਂ ਜੇ ਅਗਰ ਤੁਸੀਂ ਪ੍ਰਪੇਅਰ ਕਰਦੇ ਪਿਓ ਪਲੱਸ ਇਸ ਤੋਂ ਬਿਨਾ ਜਿੰਨਾ ਸਟੂਡੈਂਟ ਨੇ ਟੈਲੀਗ੍ਰਾਮ ਚੈਨਲ ਨਹੀਂ ਜੁਆਇਨ ਕੀਤਾ ਤਾਂ ਉਹ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਲਓ ਤਾਂ ਕਿ ਆਉਣ ਵਾਲੇ ਜਿਹੜੇ ਲੈਕਚਰਸ ਦਾ ਉਹ ਤੁਹਾਡੇ ਪੀਐਸਟੈਟ ਦੇ ਰਿਲੇਟਿਡ ਚਾਹੇ ਉਹ ਸਾਈਕੋਲੋਜੀ ਦੇ ਲੈਕਚਰਸ ਹੋਣਗੇ ਚਾਹੇ ਉਹ ਤੁਹਾਡੇ ਸਬਜੈਕਟ ਦੇ ਲੈਕਚਰਸ ਹੋਣਗੇ ਇਨਾ ਟੈਲੀਗ੍ਰਾਮ ਚੈਨਲ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਦੋਂ ਤੁਹਾਡਾ ਲੈਕਚਰ ਹੋਣ ਜਾ ਰਿਹਾ ਠੀਕ ਹੈ ਜੀ ਤਾਂ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਵੈਰੀ ਮਚ ਵੀਡੀਓ ਅਗਰ ਤੁਹਾਨੂੰ ਵਧੀਆ ਲੱਗੀ ਹੋਵੇ ਕਲੈਰੀਫਿਕੇਸ਼ਨ ਹੋਈ ਹੋਵੇ ਆਪਦੇ ਸਬਜੈਕਟ ਦੇ ਨਾਲ ਰਿਲੇਟਡ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਵਾਰ-ਵਾਰ ਚੈਨਲ ਨੂੰ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਜੀ ਤਾਂ ਮੈਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਵੈਰੀ ਮਚ